ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਐਸ ਮੀਡੀਆ ਕੈਨੇਡਾ ਵੱਲੋਂ ਅੱਜ ਅਸੀਂ 14 ਮਾਰਚ 2100 12 ਦੀ ਵੀਡੀਓ ਅਪਡੇਟ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਸਿੱਖ ਨੇਸ਼ਨ ਨੂੰ ਸਿੱਖ ਕੌਮ ਦੇ ਆਪਣੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਿੱਖ ਕੌਮ ਦਾ ਜਿਹੜਾ ਨਵਾਂ ਸਾਲ ਚੜਨ ਜਾ ਰਿਹਾ ਉਸ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਿੰਦੁਸਤਾਨ ਜਦੋਂ ਵੀ ਸਾਡੇ ਨਾਲ ਕੋਈ ਕੰਮ ਕਰਦਾ ਤਾਂ ਵੈਲ ਪਲਾਨ ਕਰਦਾ ਅਸੀਂ ਆ ਇੱਕ ਜਿਹੜੇ ਆਪਸ ਵਿੱਚ ਲੜਦੇ ਰਹਿੰਨੇ ਆ ਕਿ ਉਹਨੇ ਮੀਟ ਖਾਂਦਾ ਉਹ ਕਿਉਂ ਨਹੀਂ ਖਾਂਦਾ ਉਹਨੇ ਵਾਲ ਕਿਉਂ ਰੱਖੇ ਨੇ ਨਹੀਂ ਰੱਖੇ ਇਹਨੇ ਬਾਦਲ ਨੂੰ ਪਾਤੀ ਬੀਜੇਪੀ ਨੂੰ ਪਾਤੀ ਐਨੇ ਕਾਂਗਰਸ ਨੂੰ ਪਾਤੀ ਅਸੀਂ ਇੰਨਾ ਝਗੜਿਆਂ ਵਿੱਚ ਇੱਕ ਦੂਜੇ ਨਾਲ ਲੜਦੇ ਆ ਪਰ ਹਿੰਦੁਸਤਾਨ ਦਾ ਸਿਸਟਮ ਹਿੰਦੁਸਤਾਨ ਦੀਆਂ ਸਰਕਾਰਾਂ ਚਾਹੇ ਬੀਜੇਪੀ ਹੋਵੇ 22 ਸਾਲਾਂ ਦੇ ਵਿੱਚ ਬੜੇ ਪ੍ਰਾਈਮ ਮਿਨਿਸਟਰ ਬਦਲੇ ਹੋਣ ਕਈ ਕੋਟਾ ਹੁਣ ਕਿਸੇ ਕੋਡ ਵਿੱਚ ਕੇਸ ਗਿਆ ਹੋਵੇ ਪੁਲਿਸ ਹੋਵੇ ਫੌਜ ਹੋਵੇ ਉਹ ਸਾਰੇ ਆਪਣੇ ਨਾਲ ਬਿਲਕੁਲ ਉਹੀ ਵਰਤਾਰਾ ਕਰਦੇ ਨੇ ਜੋ ਉਹਨਾਂ ਦੀ ਪਲਾਨ ਮੁਤਾਬਕ ਚੱਲਦਾ ਹੈ ਚਾਹੇ ਸਿੱਖ ਜੈਨੋਸਾਈਡ ਹੋਵੇ ਚਾਹੇ ਪਿਛਲੇ ਦਿਨੀ ਬਾਦਲ ਨੂੰ ਗਵਰਨਮੈਂਟ ਲੈ ਕੇ ਆਉਣ ਦਾ ਕੰਮ ਹੋਵੇ ਅਸੀਂ ਮਾਫੀ ਚਾਹੁੰਦੇ ਹਾਂ ਉਹਦੇ ਬਾਰੇ ਵੀਡੀਓ ਨਹੀਂ ਪਾ ਸਕੇ ਪਾਵਾਂਗੇ ਇੱਕ ਦਿਨ ਕਿ ਕਿਸ ਤਰ੍ਹਾਂ ਆਈ ਹੈ ਕੀ ਹੋਇਆ ਅਸੀਂ ਲਾਸਟ ਵੀਡੀਓ ਚ ਦੱਸਿਆ ਵੀ ਸੀ ਕਿਹੇ ਕੋਸ਼ਿਸ਼ ਹੋਣਾ ਹੁਣ ਇਸ ਤੋਂ ਬਾਅਦ ਕਿਸ ਤਰ੍ਹਾਂ ਡੀ ਜੀ ਪੀ ਨੂੰ ਲਾਉਣਾ ਸਮੇਤ ਸਿਆਣੀ ਨੂੰ ਸਿੱਖਾਂ ਦੇ ਕਾਤਲ ਨੂੰ ਅਰਸ ਤੋਂ ਬਾਅਦ ਅਕਾਲ ਤਖਤ ਦਾ ਜਥੇਦਾਰ ਵੀ ਲਾਇਆ ਜਾ ਰਿਹਾ ਉਹਨਾਂ ਮੁਤਾਬਿਕ ਜੋ ਸਿੱਖੀ ਕਦਰਾਂ ਕੀਮਤਾਂ ਦੇ ਕਾਣ ਕਰਨਗੇ ਪਰ ਅੱਜ ਦੀ ਵੀਡੀਓ ਅਸੀਂ ਉਸ ਸੂਰਮੇ ਉਸ ਬਹਾਦਰ ਉਹ ਸਾਡਾ ਭਰਾ ਸਾਡਾ ਵੀਰ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਭਾਈ ਸਾਹਿਬ ਭਾਈ ਦਲਾਵਰ ਸਿੰਘ ਦੇ ਜਿਹੜਾ ਫਾਂਸੀ ਦਾ ਸਮਾਂ ਨਿਸ਼ਚਿਤ ਕੀਤਾ ਇਸ ਹਿੰਦੁਸਤਾਨ ਨੇ ਉਹਦੇ ਬਾਰੇ ਗੱਲ ਕਰਨ ਲੱਗੇ ਆ ਇਹ ਜਿਹੜੀ ਅੱਜ ਫਾਂਸੀ ਦਾ ਹੁਕਮ ਸੁਨਾਇਆ ਹੈ ਇਹ ਭਾਈ ਦਲਾਵਰ ਸਿੰਘ ਨੂੰ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਉਸ ਸੋਚ ਨੂੰ ਹੈ ਗੁਰੂ ਗੋਬਿੰਦ ਸਿੰਘ ਦੀ ਉਸ ਸਿੱਖ ਕੌਮ ਨੂੰ ਫਾਂਸੀ ਦਾ ਹੁਕਮ ਸੁਨਾਇਆ ਗਿਆ ਹੈ ਜਿਸ ਵੀ ਸਿੱਖ ਦੇ ਅੰਦਰ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਖੂਨ ਖੋਲਦਾ ਉਸ ਨੂੰ ਜ਼ਰੂਰ ਅੱਜ ਸੋਚਣਾ ਚਾਹੂਗਾ ਚਾਹੀਦਾ ਹੈ ਕਿ ਇਹ ਜਿਹੜਾ ਫਾਂਸੀ ਨਾਲ ਭਾਈ ਦਲਾਵਰ ਸਿੰਘ ਦਾ ਕਤਲ ਨਹੀਂ ਆ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਦੀ ਸੋਚ ਦਾ ਕਤਲ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਦੀ ਸੋਚ ਤੇ ਚੰਨਣ ਵਾਲਿਆਂ ਦਾ ਕਤਲ ਹੋ ਰਿਹਾ ਸੱਚ ਤੇ ਚੰਨਣ ਵਾਲਿਆਂ ਦਾ ਕਤਲ ਕੀਤਾ ਜਾ ਰਿਹਾ ਕਿਸੇ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਦੀ ਸੋਚ ਨੂੰ ਲੈ ਕੇ ਛੋਟੇ ਸਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਉਸ ਟਾਈਮ ਦੇ ਜ਼ਾਲਮਾਂ ਨੂੰ ਸਜ਼ਾ ਦਿੱਤੀ ਸੀ ਉਸੇ ਹੀ ਸੋਚ ਦੇ ਉੱਪਰ ਚੱਲਦੇ ਹੋਏ ਭਾਈ ਸਾਹਿਬ ਭਾਈ ਦਲਾਵਰ ਸਿੰਘ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲ ਤੇ ਹੋਰ ਗੁਰੂ ਸਾਹਿਬ ਦੇ ਉਹਨਾਂ ਬੱਚੇ ਬੱਚੀਆਂ ਨੇ ਸੋਚਿਆ ਕਿ ਜਿਹੜੇ ਅੱਜ ਦੇ ਇਹ ਜ਼ਾਲਮ ਬਿਆਨਤਾ ਐਂਡ ਕੇਪੀ ਗਲ ਜੁੰਡਲੀ ਜਿਨ੍ਹਾਂ ਨੇ 2-4 ਸਾਲਾਂ ਦੇ ਅੰਦਰ ਅੰਦਰੀ ਗੁਰੂ ਗੋਬਿੰਦ ਸਿੰਘ ਦੇ 50000 ਤੋਂ ਉੱਪਰ ਬੱਚੇ ਬੱਚੀਆਂ ਦਾ ਕਤਲ ਕੀਤਾ ਹੈ ਸ਼ਿਕਾਰ ਖੇਡਿਆ ਹੈ ਪੰਜਾਬ ਦੇ ਅੰਦਰ ਇਹਨਾਂ ਨੂੰ ਕਿਸ ਤਰ੍ਹਾਂ ਬਦਲਾ ਲਿਆ ਜਾਵੇ ਉਹਨਾਂ ਨੇ ਉਸੇ ਰੀਤ ਦੇ ਉੱਪਰ ਚੱਲਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਰੀਤ ਦੇ ਉੱਪਰ ਚੱਲਦਿਆਂ ਇਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਟਾਈਮ ਦੇ ਬੁੱਚੜ सीएम ਨੂੰ ਕਿਸ ਤਰ੍ਹਾਂ ਚਟਕਾਇਆ ਭਾਈ ਸਾਹਿਬ ਭਾਈ ਦਲਾਵਰ ਸਿੰਘ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲ ਇਹਨਾਂ ਦਾ ਕੋਈ ਜ਼ਮੀਨ ਦਾ ਝਗੜਾ ਬਿਆਨਤੇ ਜਾਂ ਕੇਪੀ ਗੱਲ ਨਾ ਨਹੀਂ ਸੀ ਨਾ ਇਹਨਾਂ ਦੀ ਕੋਈ ਸੀਤਾ ਕੋਈ ਚੱਕ ਕੇ ਲੈ ਗਿਆ ਸੀ ਕਿ ਲੰਕਾ ਫੂਕਣ ਚਲੇ ਗਏ ਨਾ ਇਹਨਾਂ ਦਾ ਕੋਈ ਹੋਰ ਸੀ ਇਹਨਾਂ ਨੇ ਤੁਹਾਡੀ ਕੌਮ ਦੀ ਖਾਤਰ ਸਿੱਖ ਕੌਮ 26 28 ਮਿਲੀਅਨ ਕੌਮ ਦੀ ਖਾਤਰ ਕੁਰਬਾਨੀ ਦਿੱਤੀ ਹੈ ਬੜੇ ਵਧੀਆ ਪੁਲਿਸ ਦੀ ਜੌਬ ਕਰਦੇ ਸੀ ਔਰ ਟੀ ਮਿਨਿਸਟਰ ਦੇ ਨਾਲ ਲੱਗੇ ਹੋਏ ਸੀ ਤੁਹਾਨੂੰ ਪਤਾ ਹੈ ਕਿ ਉਸ ਜੌਬ ਨੂੰ ਠੋਕਰ ਨਹੀਂ ਮਾਰੀ ਕੱਲੀ ਆਪਣੀ ਜ਼ਿੰਦਗੀ ਨੂੰ दांव ਤੇ ਲਾ ਦਿੱਤਾ ਭਾਈ ਸਾਹਿਬ ਭਾਈ ਦਲਾਵਰ ਸਿੰਘ ਉਸੇ ਟਾਈਮ ਸ਼ਹੀਦ ਹੋ ਗਏ ਸੀ ਔਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲ ਜਿਹੜੇ ਇੱਕ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਔਰ ਸਿੱਖ ਕੌਮ ਨੂੰ ਉਹਨਾਂ ਦੀ ਹਿਸਟਰੀ ਯਾਦ ਕਰਾਉਂਦੇ ਰਹੇ ਉਹਨਾਂ ਨੇ ਕਦੇ ਵੀ ਆਪਣਾ ਸਿਰ ਇਹਨਾਂ ਦੇ ਅੱਗੇ ਨਹੀਂ ਚਕਾਇਆ ਔਰ ਉਹਨਾਂ ਨੇ ਕਿਹਾ ਸੀ ਕਿ ਹਿੰਦੁਸਤਾਨ ਦੀ ਸਰਕਾਰ ਤੇ ਮੈਂ ਬਿਲੀਵ ਨਹੀਂ ਕਰਦਾ ਇਹਨਾਂ ਦੇ ਸਿਸਟਮ ਤੇ ਮੈਂ ਬਿਲੀਵ ਨਹੀਂ ਕਰਦਾ ਇਹ ਸਿਸਟਮ ਜਿਹੜਾ ਸਿੱਖਾਂ ਦਾ ਕਾਤਲ ਹੈ ਇਸ ਤੋਂ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਸਾਨੂੰ ਇਨਸਾਫ ਦੇਵੇਗਾ ਜੇ ਸਿਸਟਮ ਨੇ ਸਾਡਾ 40 ਹਜ਼ਾਰ ਬੰਦਾ ਮਾਰ ਕੇ ਸਾਨੂੰ ਇਨਸਾਫ ਨਹੀਂ ਦਿੱਤਾ ਹੁਣ ਕੀ ਦੇਵੇਗਾ ਉਸ ਬੱਬਰ ਸ਼ੇਰ ਨੇ ਉਸ ਮੇਰੇ ਵੀਰ ਨੇ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਨੇ ਇਸ ਜ਼ਾਲਮ ਇਸ ਕਾਤਲ ਸਰਕਾਰ ਇਸ ਕਾਤਲ ਸਿਸਟਮ ਕਾਤਲ ਦੇਸ਼ ਕੋਲ ਕੋਈ ਪੀਖ ਨਹੀਂ ਮੰਗੀ ਉਸਨੇ ਕਿਹਾ ਸੀ ਕਿ ਮੈਨੂੰ ਫੰਸੀ ਲਾਉ ਮੈਂ ਕੰਮ ਕੀਤਾ ਮੈਂ ਆਪਣੇ ਗੁਰੂ ਸਾਹਿਬ ਦੀ ਸੋਚ ਦੇ ਉੱਪਰ ਉਤਰਦਿਆਂ ਹੋਇਆਂ ਬਾਬਾ ਸਿੰਘ ਬਬੰਦਾ ਸਿੰਘ ਬਹਾਦਰ ਵਾਲਾ ਕੰਮ ਕੀਤਾ ਮੈਂ ਬਦਲਾ ਲਿਆ ਹੁਣ ਕਿਸ ਤਰ੍ਹਾਂ ਹੋ ਸਾਰਾ ਸਿਸਟਮ ਫਿੱਟ ਕਰਦਨੇ ਦੂਸਰੇ ਪਾਸੇ ਅਕਾਲੀ ਸਰਕਾਰ ਔਰ ਸੌ ਚੁੱਕਣ ਦਾ ਕੰਮ ਔਰ ਉਹਨਾਂ ਹੀ ਦਿਨਾਂ ਦੇ ਵਿੱਚ ਜਦੋਂ ਸਿੱਖ ਕੌਮ ਨਿਊ ਇਅਰ ਮਨਾ ਰਹੀ ਹੈ ਜਿਸ ਤਰ੍ਹਾਂ ਦੂਸਰੇ ਨਿਊ ਇਅਰ ਦੇ ਨਿਊ ਇਅਰ ਦੇ ਟਾਈਮ ਭਾਈ ਜਸਵੰਤ ਸਿੰਘ ਖੜੜਾ ਨੂੰ ਚੱਕ ਕੇ ਇਹਨਾਂ ਨੇ ਕਤਲ ਕੀਤਾ ਸੀ ਉਸੇ ਤਰ੍ਹਾਂ ਹੁਣ ਮਰਡਰ ਕਰਨ ਜਾ ਰਹੇ ਹਨ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲ ਦਾ ਸਾਨੂੰ ਕਿਸੇ ਲੀਡਰ ਤੋਂ ਕਿਸੇ ਪੋਲੀਟਿਕਲ ਪਾਰਟੀ ਤੋਂ ਕਿਸੇ ਸਿਸਟਮ ਤੋਂ ਕਿਸੇ ਦੇਸ਼ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਗੁਰੂ ਸਾਹਿਬ ਦੀ ਸੋਚ ਤੇ ਚੱਲਣ ਵਾਲੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲ ਨੇ ਸਾਨੂੰ ਆਪਣੀ ਸ਼ਹਾਦਤ ਨੂੰ ਦੇਖਦਿਆਂ ਹੋਇਆਂ ਕਿਸ ਤਰ੍ਹਾਂ ਉਹਨਾਂ ਨੇ ਹੱਸ-ਹੱਸ ਕੇ ਸਾਨੂੰ ਦੱਸਿਆ ਸਾਨੂੰ ਇਸੇ ਸੋਚ ਤੇ ਚੱਲਣਾ ਚਾਹੀਦਾ ਪਰ ਅਗਰ ਤੁਹਾਡੇ ਅੰਦਰ ਆਪਣੇ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਜਿਸ ਗੁਰੂ ਨੇ ਤੁਹਾਡੀ ਖਾਤਰ ਆਪਣੇ ਛੋਟੇ-ਛੋਟੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਿਸ ਗੁਰੂ ਨੇ ਆਪਣੀ ਸਾਰੀ ਫੈਮਲੀ ਤੁਹਾਡੇ ਤੋਂ ਵਾਰ ਦਿੱਤੀ ਹੈ ਉਸ ਗੁਰੂ ਨੇ ਤੁਹਾਡੇ ਤੇ ਕੋਈ ਭਰੋਸਾ ਕਰਕੇ ਹੀ ਸਾਰਾ ਕੁਝ ਕੀਤਾ ਹੋਊਗਾ ਅੱਜ ਕੱਲ ਕੋਈ ਕਿਸੇ ਨੂੰ ਬਿਨਾ ਭਰੋਸੇ ਤੋਂ 10 ਰੁਪਏ ਦੀ ਚੀਜ਼ ਨਹੀਂ ਫੜਾਉਂਦਾ ਔਰ ਗੁਰੂ ਸਾਹਿਬ ਨੇ ਆਪਣੇ ਬੱਚੇ ਤੁਹਾਡੇ ਤੋਂ ਵਾਰ ਦਿੱਤੇ ਨੇ ਕਿਉਂਕਿ ਗੁਰੂ ਸਾਹਿਬ ਨੂੰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਇਸ ਕੌਮ ਦੇ ਵਾਰਸ ਹੋ ਔਰ ਗੁਰੂ ਸਾਹਿਬ ਦਾ ਭਰੋਸਾ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲ ਨੇ ਦੁਨੀਆ ਨੂੰ ਦਿਖਾਇਆ ਉਹ ਵੱਖਰੀ ਗੱਲ ਹੈ ਕਿ ਸਾਡੇ ਕੋਲੇ ਅੱਜ মিডিਆ ਨਹੀਂ ਹੈ ਦੱਸਣ ਦੇ ਲਈ ਕਿ ਸਾਡੀ ਹਿਸਟਰੀ ਬਰਕਾਰ ਹੈ ਗੁਰੂ ਸਾਹਿਬ ਦੀ ਸੋਚ ਕਿਸ ਤਰ੍ਹਾਂ ਫਾਂਸੀ ਨੂੰ ਚੁੰਮਣ ਜਾ ਰਹੀ ਹੈ ਬੰਦਾ ਸਿੰਘ ਬਹਾਦਰ ਦੇ ਵੀਰ ਉਸ ਦੇ ਭਰਾ ਅੱਜ ਵੀ ਜ਼ਾਲਿਮਾਂ ਤੋਂ ਕਿਸ ਤਰ੍ਹਾਂ ਜਵਲ ਬਦਲਾ ਲੈਂਦੇ ਨੇ ਔਰ ਫਾਂਸੀ ਦੇ ਲਈ ਹੱਸ ਕੇ ਚੜ੍ਹਦੇ ਨੇ ਅਫਸੋਸ ਹੈ ਕਿ ਸਾਡਾ ਜਿਹੜਾ ਆਪਣਾ ਕਹਾਉਣ ਵਾਲਾ মিডিਆ ਇੱਥੇ ਟਾਊ ਟੱਪਾ ਕੋਈ ਪੱਗਾ ਬਣਨ ਵਾਲੇ ਵੀ ਹੋਣਗੇ ਸਾਰੇ ਹੀ ਵਿਕੇ ਹੋਏ ਨੇ ਕੋਈ ਵੀ ਜੇ ਤੋ ਵਿਕੇ ਆ ਹੋਇਆ ਕੋਈ ਸ਼ਰਾਬ ਦੀ ਬੋਤਲ ਪਿੱਛੇ ਵਿਕਿਆ ਹੋਇਆ ਕੋਈ ਹੋਰ ਟਾਉਲ ਟੱਪੇ ਪਿੱਛੇ ਵਿਕਿਆ ਹੋਇਆ ਕਿਸੇ ਨੂੰ ਭਾਰਤੀ ਸਮੇਲਨ ਤੇ ਬੁਲਾ ਲਿਆ ਕਿਸੇ ਨੂੰ ਹੋਰ ਸਮੇਲਨ ਚ ਬੁਲਾ ਲਿਆ ਕਈ ਐਮਬੈਸੀਆਂ ਦੇ ਘੇੜੇ ਲਾਉਂਚ ਚ ਵਿਕੇ ਹੋਏ ਨੇ ਭਾਈ ਭੱਲੇ ਹੋਏ ਨੇ ਕਿ ਇਹਨਾਂ ਦੇ ਗੁਰੂ ਇਹਨਾਂ ਦੇ ਪਿਓ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਅੱਜ ਫਾਂਸੀ ਦਿੱਤੀ ਜਾ ਰਹੀ ਹੈ ਪਰ 28 ਮਿਲੀਅਨ ਸਿੱਖ ਕੌਮ ਦੇ ਅੰਦਰ ਠੀਕ ਹੈ ਲੱਖ 2 ਲੱਖ 3 ਲੱਖ ਇੱਕ ਗਦਾਰ ਹੋਣਗੇ ਇਹ ਗਦਾਰ ਹਮੇਸ਼ਾ ਸਾਰੀਆਂ ਕੌਮਾਂ ਵਿੱਚ ਹੁੰਦੇ ਨੇ ਹਿੰਦੁਸਤਾਨ ਗੁਲਾਮ ਸੀ ਉਹਨਾਂ ਦੇ ਵਿੱਚ ਵੀ ਗਦਾਰ ਹੋਇਆ ਕਰਦੇ ਸੀ ਅੱਜ ਸਿੱਖ ਕੌਮ ਗਲਾਮ ਹੈ ਸਾਡੇ ਵਿੱਚ ਵੀ ਗਦਾਰ ਹੋਣੇ ਸੁਭਾਅਕ ਹੈ ਪਰ ਜਿੰਨਾ ਵੀਰਾਂ ਦੇ ਅੰਦਰ ਆਪਣੇ ਗੁਰੂ ਦਾ ਖੂਨ ਖੋਲਦਾ ਹੈ ਜਿਹੜੇ ਸੋਚਦੇ ਨੇ ਕਿ ਅਸੀਂ ਵਾਕਈ ਸਿੱਖ ਕੌਮ ਆਪਣੇ ਗੁਰੂ ਸਾਹਿਬ ਦੇ ਬੱਚੇ ਆ ਉਹਨਾਂ ਨੂੰ ਜ਼ਰੂਰ ਇਸ ਦਿਨ ਸੋਚਣਾ ਚਾਹੀਦਾ ਹੈ ਕਿ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਹੈ ਸਿੱਖ ਕੌਮ ਦੇ ਗੁਰੂ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਤੇ ਅਸੀਂ ਕੀ ਕਰਨਾ ਹੈ ਤੁਹਾਡੀ ਸਾਡੇ ਕੋਲੇ ਕੋਈ ਲੀਡਰ ਕੋਈ ਨੇਤਾ ਕੋਈ ਪਾਰਟੀ ਕੁਝ ਨਹੀਂ ਹੈ ਕਿ ਜਿਹੜਾ ਤੁਹਾਨੂੰ ਦੱਸੂਗੀ ਤੁਹਾਡਾ ਗੁਰੂ ਹੀ ਤੁਹਾਡਾ ਨੇਤਾ ਹੈ ਤੁਹਾਡਾ ਗੁਰੂ ਹੀ ਤੁਹਾਡੀ ਪਾਰਟੀ ਹੈ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਆਪਣੇ ਗੁਰੂ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਨੂੰ ਯਾਦ ਕਰਕੇ ਆਪਣੇ ਪਿਓ ਤੋਂ ਪੁੱਛੋ ਕਿ ਬਾਬਾ ਜੀ ਤੁਹਾਡੀ ਸੋਚ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਹਿੰਦੁਸਤਾਨ ਵੱਲੋਂ 31 ਮਾਰਚ ਨੂੰ ਸਾਨੂੰ ਹੁਕਮ ਦੇਵੋ ਅਸੀਂ ਤੁਹਾਡੇ ਹੁਕਮ ਤੇ ਪੂਰੇ ਉਤਰਾਂਗੇ ਸੱਚੇ ਮਨੋਂ ਜਾ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਪੁੱਛੋਗੇ ਤੇ ਤੁਹਾਡਾ ਗੁਰੂ ਤੁਹਾਨੂੰ ਜ਼ਰੂਰ ਦੱਸੂਗਾ ਕਿ ਤੁਸੀਂ ਕੀ ਕਰਨਾ ਹੈ ਔਰ ਉਹੀ ਕਰਨਾ ਹੈ ਕਿ ਜੋ ਤੁਹਾਡਾ ਪਿਓ ਤੁਹਾਡਾ ਗੁਰੂ ਕਹਿੰਦਾ ਨਾ ਕਿ ਟਾਊ ਟੱਪਾ ਔਰ ਹਿੰਦੁਸਤਾਨ ਦਾ মিডিਆ ਜਿਹੜੀਆਂ ਹੋਰਾਂ ਗੱਲਾਂ ਵਿੱਚ ਲਾ ਲੂਕੇ ਤੁਹਾਨੂੰ ਇਧਰ ਉਧਰ ਦੀਆਂ ਗੱਲਾਂ ਕਰਨ ਵਾਲਾ ਹੈ ਇਹ ਕਹਿ ਰਹੇ ਨੇ ਕਿ ਉਸ ચીਫ ਮਿਨਿਸਟਰ ਨੂੰ ਮਾਰਿਆ ਪਰ ਸਾਡਾ 40000 ਸਿੱਖ ਜੈਨੋਸਾਈਡ ਕੀਤਾ ਉਹਨਾਂ ਨੂੰ ਤੁਸੀਂ ਐਮਪੀ ਕਿਉਂ ਬਣਾਇਆ ਉਹਨਾਂ ਨੂੰ ਕਿਸੇ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਜਾ ਰਹੀ ਦਿਓ ਉਹਨਾਂ ਨੂੰ ਫਾਂਸੀ ਜਿੱਦੇ ਤੁਹਾਡਾ ਦਸਹਿਰਾ ਹੁੰਦਾ ਦਿਓ ਉਹਨਾਂ ਨੂੰ ਫਾਂਸੀ ਜਿੱਦੇ ਤੁਹਾਡੇ ਆਪਣੇ ਤਿਹਾਰ ਹੁੰਦੇ ਨੇ ਤੁਹਾਡੀ ਕੌਮ ਦੇ ਅਸੀਂ ਮੂੰਹ ਦੇਖੀਏ ਜਿਹੜੇ ਇਹ ਨੱਚਦੇ ਨੇ ਗਾਉਂਦੇ ਨੇ ਕਿਸ ਤਰ੍ਹਾਂ ਨਾਉਣ ਨੱਚਣਗੇ ਕਿਸ ਤਰ੍ਹਾਂ ਗਾਉਣਗੇ ਤੁਸੀਂ ਸਿੱਖ ਕੌਮ ਨੂੰ ਜਲੀਲ ਕਰ ਰਹੇ ਹੋ ਅੱਜ ਵਾਰ ਸਿੱਖਾਂ ਦੇ ਉੱਪਰ ਤਾਂ ਬਹੁਤ ਟਾਈਮ ਦਾ ਸਟਾਰਟ ਹੈ ਪਰ ਅੱਜ ਵਾਰ ਸਾਡੀ ਸਿੱਖ ਕੌਮ ਦੀ ਸੋਚ ਸਾਡੇ ਗੁਰੂਆਂ ਦੀ ਸੋਚ ਸਾਡੇ ਪਿਓ ਗੁਰੂ ਗੋਬਿੰਦ ਸਿੰਘ ਦੀ ਸੋਚ ਦੇ ਉੱਪਰ ਆਹੇ ਵਾਰ ਭਾਈ ਸਾਹਿਬ ਭਾਈ ਬਰਵੰਤ ਸਿੰਘ ਰਾਜੋਵਾਲ ਨੂੰ ਫਾਂਸੀ ਦੇਣੀ ਗੁਰੂ ਸਾਹਿਬ ਦੀ ਸੋਚ ਨੂੰ ਫਾਂਸੀ ਦੇਣੀ ਹੈ ਸਾਨੂੰ ਪਤਾ ਹੈ ਕਿ 500 ਸਦੀਆਂ ਦਾ ਵੈਰ ਇਹ ਕੱਢ ਰਿਹਾ ਹਿੰਦੁਸਤਾਨ ਦਾ ਜੋ ਉਸਤੇ ਕਾਬਜ ਲੋਕ ਨੇ ਕਿਉਂਕਿ ਸਾਡੀ ਇਹਨਾਂ ਨਾਲ ਲਖੀਰ ਸਾਡੇ ਬਾਬਾ ਗੁਰੂ ਨਾਨਕ ਸਾਹਿਬ ਨੇ ਖਿੱਚ ਦਿੱਤੀ ਸੀ ਇਹ ਬੁੱਤਾਂ ਨੂੰ ਪੂਜਣ ਵਾਲੀ ਕੌਮ ਔਰ ਗੁਰੂ ਸਾਹਿਬ ਨੇ ਬਿਲਕੁਲ ਇਸ ਦਾ ਖੰਡਨ ਕੀਤਾ ਇਹਨਾਂ ਦਾ ਪਖੰਡਵਾਜ ਦਾ ਖੰਡਨ ਕੀਤਾ ਕਦੇ ਵੀ ਦੋ ਲੈਣਾ ਇਕੱਠੀਆਂ ਨਹੀਂ ਚੱਲਦੀਆਂ ਹੁਣ ਇਹ ਜਾਂ ਆਪ ਜੀਣਗੇ ਉਸ ਦੇਸ਼ ਦੇ ਅੰਦਰ ਜਾਂ ਸਾਨੂੰ ਜੀਣ ਦੇਣਗੇ ਪਰ ਇਹਨਾਂ ਕੋਲੇ ਪਾਵਰ ਹੈ ਇਹ ਸਾਨੂੰ ਖਤਮ ਕਰਨ ਦੇ ਤਲੇ ਹੋਏ ਨੇ ਅਗਰ ਅਸੀਂ ਆਪਣਾ ਯਾਦ ਆਪਣਾ ਦੇਸ਼ ਦੀ ਗੱਲ ਨਹੀਂ ਕਰਦੇ ਸਾਡਾ ਦੇਸ਼ ਇਸ ਦੁਨੀਆ ਦੇ ਧਰਤੀ ਤੇ ਨਹੀਂ ਆਉਂਦਾ ਤੇ ਸਾਡੀ ਸਿੱਖ ਕੌਮ ਜਾਂ ਗੁਲਾਮ ਹੋ ਜਾਊਗੀ ਨਮਰਦ ਹੋ ਕੇ ਇਹਨਾਂ ਦੀ ਤਰ੍ਹਾਂ ਨਸ਼ਿਆਂ ਵਿੱਚ ਪੈ ਕੇ ਇਹਨਾਂ ਦੇ ਨਾਲ ਨਾਚ ਗਾਣੇ ਕਰੂਗੀ ਜੋ ਇਹਨਾਂ ਦਾ ਕੰਮ ਹੈ ਜੋ ਇਹਨਾਂ ਦਾ ਸਿਸਟਮ ਹੈ ਜੋ ਇਹਨਾਂ ਦਾ ਕਲਚਰ ਹੈ ਉਹ ਕੁਝ ਕਰੂਗੀ ਤੇ ਜੇ ਕੋਈ ਅਣਖ ਦੀ ਗੱਲ ਵੀਰ ਕਰੂਗਾ ਗੁਰੂ ਗੋਬਿੰਦ ਸਿੰਘ ਦੀ ਸੋਚ ਤੇ ਚੱਲੂਗਾ ਸਿੱਖ ਕੌਮ ਦੇ ਭਲੇ ਦੀ ਗੱਲ ਕਰੂਗਾ ਤੇ ਉਹਦੇ ਨਾਲ ਉਹ ਕੁਝ ਹੋਊਗਾ ਜੋ ਭਾਈ ਸਾਹਿਬ ਭਾਈ ਰਾਜਵਾਲ ਨੂੰ ਅੱਜ ਕਿਸ ਤਰ੍ਹਾਂ ਫਾਂਸੀ ਦੀ ਸਜ਼ਾ ਤੇ ਲਾਇਆ ਜਾ ਰਿਹਾ ਹੈ ਪੂਰੀ ਦੁਨੀਆ ਪੂਰਾ ਵਰਲਡ ਫਾਂਸੀ ਦੀ ਸਜ਼ਾ ਨੂੰ ਬੰਦ ਕਰਨ ਜਾ ਰਿਹਾ ਹੈ ਪੰਜਾਬ ਦੇ ਅੰਦਰ 7 ਸਾਲ ਤੋਂ ਕੋਈ ਫਾਂਸੀ ਦੀ ਸਜ਼ਾ ਨਹੀਂ ਹੋਈ ਕਿਸੇ ਨੂੰ ਪਰ ਸਿੱਖਾਂ ਨੂੰ ਕਦੇ ਬੰਦ ਨਹੀਂ ਹੋਵੇ ਕਿ ਜਦੋਂ ਤੱਕ ਸਿੱਖਾਂ ਦਾ ਆਪਣਾ ਘਰ ਨਹੀਂ ਹੈ ਕਿਉਂਕਿ ਅਸੀਂ ਹਿੰਦੁਸਤਾਨ ਦੇ ਗੁਲਾਮ ਹਾਂ ਹਿੰਦੁਸਤਾਨ ਕੋਈ ਡੈਮੋਕ੍ਰੇਸੀ ਨਹੀਂ ਹੈ ਹਿੰਦੁਸਤਾਨ ਇੱਕ ਹਿੰਦੂ ਕਿੰਗਡਮ ਹੈ ਇਹ ਕਿੰਗਡਮ ਦੇ ਲੋਕ ਐਨ ਆਰ ਆਈ ਪੀ ਆਰ ਆਈ ਸੀ ਆਰ ਆਈ ਲੋਕ ਸਾਨੂੰ ਵੀ ਇੱਥੇ ਕੋਲਾਂ ਕਰਕੇ ਸਾਨੂੰ ਵੀ ਇਹੋ ਜਿਹਾ ਕੁਝ ਦੱਸਦੇ ਨੇ ਕਹਿੰਦੇ ਨੇ ਪਰ ਅਸੀਂ ਉਹਨਾਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਇਸ ਦੇਸ਼ ਦੇ ਵਿੱਚ ਬੈਠੇ ਆ ਸਾਨੂੰ ਮਾਣ ਆਪਣੇ ਦੇਸ਼ ਦੇ ਉੱਪਰ ਸਾਨੂੰ ਫ੍ਰੀ ਟੂ ਸਪੀਚ ਹੈ ਤੇ ਸਾਡਾ ਰਾਈਟ ਆ ਬੋਲਣਾ ਇਹ ਜੋ ਤੁਹਾਨੂੰ ਦੁੱਖ ਲੱਗਦਾ ਸਾਡੀਆਂ ਸੱਚੀਆਂ ਗੱਲਾਂ ਸੁਣ ਕੇ ਅਗਰ ਤੁਸੀਂ ਇਸ ਦੇਸ਼ ਦੇ ਅੰਦਰ ਇਸ ਕਾਨੂੰਨ ਨੂੰ ਨਹੀਂ ਚੱਲਣ ਦੇਣਾ ਚਾਹੁੰਦੇ ਤਾਂ ਬੈਠ ਰਹਿ ਕੇ ਤੁਸੀਂ ਆਪਣਾ ਬੋਰੀਆ ਬਿਸਤਰਾ ਚੱਕ ਕੇ ਆਪਣੇ ਹਿੰਦੂ ਕਿੰਗਡਮ ਦੇ ਅੰਦਰ ਚਲੇ ਜਾਓ ਮੈਂ ਫੇਰ ਇੱਕ ਵਾਰ ਸਾਰੇ ਹੀ ਸਿਕਨੇਸ਼ਨ ਨੂੰ ਆਪਣੇ ਭੇਰ ਪਹਿਰਾ ਭਰਾਵਾਂ ਨੂੰ ਜਿਹੜੇ ਵੀਰ ਇੱਥੇ ਕੋਈ ਮਾਨ ਦੇ ਗਰੁੱਪ ਦੇ ਬਿੱਟੂ ਵਿਰੋਧ ਕੋਈ ਬਿੱਟੂ ਗਰੁੱਪ ਦੇ ਮਾਨ ਵਿਰੋਧ ਤੇ ਹੋਰ ਇੱਥੋਂ ਤੱਕ ਕਿ ਮੈਂ ਤਾਂ ਇਹ ਕਹਿਣਾ ਹੈ ਕਿ ਪੂਰੀ ਦੀ ਪੂਰੀ ਸਿੱਖ 26 ਮਿਲੀਅਨ ਕੌਮ ਚਾਹੇ ਤੁਸੀਂ ਵੋਟ ਕਾਂਗਰਸ ਨੂੰ ਪਾਈ ਹੋਵੇ ਪੋਲੀਟੀਕਲ ਤੌਰ ਤੇ ਬਾਦਲ ਨੂੰ ਪਾਈ ਹੋਵੇ ਅੱਜ ਪੋਲੀਟੀਕਲ ਸਿਸਟਮ ਦੀ ਗੱਲ ਨਹੀਂ ਹੋ ਰਹੀ ਅੱਜ ਗਰਮ ਹੋ ਰਹੀ ਹੈ ਤੁਹਾਡੇ ਧਰਮ ਦੀ ਤੁਹਾਡੇ ਰਿਲੀਜਨ ਦੀ ਅੱਜ ਗੱਲ ਹੋ ਰਹੀ ਹੈ ਤੁਹਾਡੇ ਗੁਰੂ ਗੁਰੂ ਗੋਬਿੰਦ ਸਿੰਘ ਦੀ ਸੋਚ ਦੀ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਤੁਸੀਂ ਵੋਟ ਕਿਸੇ ਨੂੰ ਵੀ ਪਾਈ ਹੋਵੇ ਅੱਜ ਤੁਸੀਂ ਜਰੂਰ ਆਪਣੇ ਗੁਰੂ ਨੂੰ ਜਾ ਕੇ ਪੁੱਛਣਾ ਕਿ ਇਹ ਪ੍ਰਮਾਤਮਾ ਤੇਡੀ ਸੋਚ ਨੂੰ ਸਾਡੀ ਸੋਚ ਨੂੰ ਫਾਂਸੀ ਲਾਉਣ ਵਾਲਿਆਂ ਦੇ ਨਾਲ ਅਸੀਂ ਕੀ ਕਰਨਾ ਹੈ ਤੁਹਾਡਾ ਗੁਰੂ ਜਰੂਰ ਦੱਸੂਗਾ ਕਿਉਂਕਿ ਅਸੀਂ ਲੀਡਰਲੈਸ ਹਾਂ ਸਾਡੇ ਕੋਲੇ ਲੀਡਰ ਨਹੀਂ ਹੈ ਸਾਡੇ ਕੋਲੇ ਲੀਡਰ ਆਇਆ ਸੀ ਪਰ ਹਿੰਦੁਸਤਾਨ ਨੂੰ ਪਤਾ ਸੀ ਕਿ ਅਸੀਂ ਇਹਨਾਂ ਕੌਮ ਨੂੰ ਇਸ ਨੂੰ ਖਤਮ ਕਰਨਾ ਹੈ ਜੇ ਲੀਡਰ ਇਹਨਾਂ ਕੋਲੇ ਰਹਿਤੇ ਖਤਮ ਨਹੀਂ ਹੋਣੀ ਸਾਡੇ ਲੀਡਰ ਨੂੰ ਇਹਨਾਂ ਨੇ ਖਤਮ ਕਰ ਦਿੱਤਾ 1984 ਦੇ ਵਿੱਚ ਅੱਜ ਅਸੀਂ ਲੀਡਰਲੈਸ ਹਾਂ ਅਸੀਂ ਕਿਸੇ ਵੀ ਗਰੁੱਪ ਕਿਸੇ ਵੀ ਪੋਲੀਟਿਕਲ ਸਿਸਟਮ ਦੇ ਨਾਲ ਜੁੜੇ ਹੋਈਏ ਪਰ ਸਾਡਾ ਫਰਜ ਹੈ ਸਾਡਾ ਗੁਰੂ ਸਾਨੂੰ ਲਾਹਨਤਾਂ ਪਾ ਰਿਹਾ ਹੈ ਕਿ ਤੁਸੀਂ ਚੁੱਪ ਕਰਕੇ ਬੈਠੇ ਹੋ ਇਹ ਵੀ ਜੀਆਂ ਬੂਜੀਆਂ ਦੇ ਡਰਾਂ ਦੇ ਕਰਕੇ ਜਾਂ ਹੋਰ ਡਰਾਂ ਦੇ ਕਰਕੇ ਅਸੀਂ ਚੁੱਪ ਬੈਠਾਂਗੇ ਤਾਂ ਕੋਈ ਸਾਨੂੰ ਬਹੁਤਾ ਲਾਭ ਨਹੀਂ ਹੋਣ ਵਾਲਾ ਕਿਉਂਕਿ ਜਿਸ ਦਿਨ ਤੱਕ ਸਾਡੇ ਸਾਹ ਚੱਲਣੇ ਆ ਗੁਰੂ ਸਾਹਿਬ ਦੇ ਹੱਥ ਵਿੱਚ ਹੈ ਸਾਨੂੰ ਪਤਾ ਹੈ ਕਿ 1984 ਨਵੰਬਰ ਦੇ ਵਿੱਚ ਜਦੋਂ ਸਿੱਖ ਜੈਨੋਸਾਈਡ ਹੋਇਆ 40000 ਦੇ ਕਰੀਬ ਸਿੱਖ ਮਾਰਿਆ ਗਿਆ ਉਹ ਵਿਚਾਰਾ ਕੋਈ ਬੋਲਣ ਵਾਲਾ ਜਾਂ ਲੜਨ ਵਾਲਾ ਜਾਂ ਹਥਿਆਰ ਚੱਕਣ ਵਾਲਾ ਨਹੀਂ ਸੀ ਅੰਦਰ ਬੈਠੇ ਹਿੰਦੀ ਬੋਲਣ ਵਾਲੇ ਵੀ ਖਤਮ ਕਰ ਦਿੱਤੇ ਗਏ ਇਸ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ ਜੋ ਤੁਹਾਡਾ ਰਾਈਟ ਹੈ ਬੋਲਣਾ ਤੁਸੀਂ ਬੋਲੋ ਇਸ ਦੁਨੀਆ ਨੂੰ ਦੱਸੋ ਵੱਖ-ਵੱਖ ਕਮਿਊਨਿਟੀਆਂ ਦੇ ਲੋਕਾਂ ਨੂੰ ਦੱਸੋ ਕਿ ਸਾਡੇ ਨਾਲ ਹਿੰਦੁਸਤਾਨ ਹਿੰਦੂ ਕਿੰਗਡਮ ਦੇ ਅੰਦਰ ਕੀ ਹੋ ਰਿਹਾ ਹੈ ਜਿਹੜਾ ਆਪਣੇ ਆਪ ਨੂੰ ਟੌਂਗ ਰੱਜਦਾ ਕਿ ਮੈਂ ਬਹੁਤ ਵੱਡਾ ਲੋਕਤੰਤਰਾਂ ਔਰ ਖਾਸ ਕਰਕੇ ਸਾਡੇ ਇਹ ਲੋਕ ਜਿਹੜੇ মিডিਏ ਵਿੱਚ ਜੁੜੇ ਹੋਏ ਨੇ ਕੋਈ ਪੱਗਾ ਬਣ ਕੇ ਤੇ ਇਹ ਕੁਝ ਕਰਕੇ ਇਹਨਾਂ ਲੋਕਾਂ ਨੂੰ ਲਾਣ ਤਾਂ ਜਰੂਰ ਪਾਓ ਇਹਨਾਂ ਦੇ 에ਅਰ ਦੇ ਉੱਪਰ ਕੋਲਾ ਲਾਓ ਇਹਨਾਂ ਨੂੰ ਦੱਸੋ ਕਿ ਅੱਜ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਤੁਸੀਂ ਬਥੇਰਾ ਇੱਥੇ ਟੌਂਗ ਕਰਦੇ ਆ ਕਿਤੇ ਕੀਰਤਨ ਲਾਤਾ ਕਿਤੇ ਗੁਰਦੁਆਰਾ ਸਾਹਿਬ ਤੋਂ ਕੋਈ ਦੋ ਸ਼ਬਦ ਸੁਣਾ ਦਿੱਤੇ ਕਹਿੰਨੇ ਆ ਕਿ ਅਸੀਂ ਸਿੱਖ ਕੌਮ ਨੂੰ ਬਿਲੋਂਗ ਕਰਦੇ ਆ ਅੱਜ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਫਾਂਸੀ ਹੈ ਕਿਉਂਕਿ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਵਾਲ ਗੁਰੂ ਗੋਬਿੰਦ ਸਿੰਘ ਜੀ ਸੋਚ ਨੂੰ ਅੱਗੇ ਲੈ ਕੇ ਚੱਲੇ ਆ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਸੀ ਮਸੂਮਾਂ ਦਾ ਉਸੇ ਤਰ੍ਹਾਂ ਮਸੂਮਾਂ ਦਾ ਬਦਲਾ ਭਾਈ ਸਾਹਿਬ ਭਾਈ ਰਾਜੋਵਾਲ ਨੇ ਲਿਆ ਭਾਈ ਸਾਹਿਬ ਭਾਈ ਰਾਜੋਵਾਲ ਨੇ ਕਿਹਾ ਕਿ ਮੈਨੂੰ ਫਾਂਸੀ ਤੇ ਲਾ ਦਿਓ ਕੋਈ ਦੁੱਖ ਨਹੀਂ ਹੈ ਪਰ 27 ਸਾਲ ਪਹਿਲਾਂ 40 ਹਜ਼ਾਰ ਸਿੱਖਾਂ ਦੇ ਕਾਤਲਾਂ ਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਡੀਜੀਪੀ ਸੈਣੀ ਨੂੰ ਡੀਜੀਪੀ ਪੰਜਾਬ ਲਾਇਆ ਜਾ ਰਿਹਾ ਹੈ ਉਹ ਕਾਤਲ ਹੈ ਉਹ ਕਾਤਲ ਹੈ ਭੁੱਲਰ ਸਾਹਿਬ ਦੀ ਫੈਮਿਲੀ ਦਾ ਉਹ ਕਾਤਲਾ ਆਪਣੀ ਹੀ ਫੈਮਿਲੀ ਦਾ ਉਸਨੇ ਆਪਣੀਆਂ ਹੀ ਰਿਸ਼ਤੇਦਾਰ ਫੈਮਲੀਆਂ ਦਾ ਕਤਲ ਕੀਤਾ ਹੈ ਕੋਟਾ ਮਲੋਂ ਇਨਕੁਆਰੀਆਂ ਹੋ ਚੁੱਕੀਆਂ ਪਰ ਨਵਾਜਿਆ ਜਾ ਰਿਹਾ ਸਿੱਖਾਂ ਦੇ ਕਾਤਲਾਂ ਨੂੰ ਕਿਉਂਕਿ ਇਹਨਾਂ ਚੱਕਰਾਂ ਜਨਾ ਪਿਆ ਕਰੋ ਬਾਦਲ ਦੀ ਗਵਰਨਮੈਂਟ ਹੈ ਕੈਪਟਨ ਦੀ ਆ ਗਈ ਉਹਦੀ ਚਲੀ ਗਈ ਗਵਰਨਮੈਂਟ ਜਿਸ ਦੀ ਵੀ ਮਰਜ਼ੀ ਰਵੇ ਇਹ ਨਿੱਕੀਆਂ ਮੋਟਾ ਗਵਰਨਮੈਂਟਾਂ ਦਾ ਕੰਮ ਨਹੀਂ ਹੈ ਜੇ ਗਵਰਨਮੈਂਟਾਂ ਦਾ ਕੰਮ ਹੁੰਦਾ ਤਾਂ 27 ਸਾਲਾਂ ਦੇ ਅੰਦਰ ਹਿੰਦੁਸਤਾਨ ਦੇ ਉੱਪਰ ਸੈਂਟਰ ਗਵਰਨਮੈਂਟਾਂ ਵੀ ਬਹੁਤ ਬਦਲੀਆਂ ਬਹੁਤ ਪ੍ਰਧਾਨ ਮੰਤਰੀ ਚਲੇ ਆਏ ਇਹ ਵੀ ਗੱਲ ਕੱਢ ਦਿਓ ਕੇ ਮੁਤਾਬ बच्चन ਨੇ ਇਹ ਬੋਲਿਆ ਸੀ ਤਾਂ ਕਤਲ ਹੋ ਗਿਆ ਜਰਜੀਵ ਗਾਂਧੀ ਨੇ ਬਿਆਨ ਦਿੱਤਾ ਸੀ ਤਾਂ ਕਤਲ ਹੋ ਗਿਆ ਇਹ ਗੱਲਾਂ ਬਾਤਾਂ ਨਹੀਂ ਹੈ ਰਜੀਵ ਹੀ ਚਲਿਆ ਗਿਆ ਅੰਮਤਾਬ ਕੋਲੇ ਵੀ ਕੋਈ ਪਾਵਰ ਨਹੀਂ ਹੈ ਉੱਥੇ ਸਾਰੇ ਹੀ ਰਜੀਵ ਆ ਔਰ ਸਾਰੇ ਹੀ ਅੰਮਤਾਬ ਬਚਨ ਹੈ ਕਿਉਂਕਿ ਹਿੰਦੁਸਤਾਨ ਦਾ ਸਿਸਟਮ ਉਸ ਦੇਸ਼ ਦਾ ਸਿਸਟਮ ਉਸ ਵਿਚਾਰਧਾਰਾ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਜਿਹੜੀ ਜਿਸ ਨੂੰ ਲੈ ਕੇ ਭਾਈ ਸਾਹਿਬ ਭਾਈ ਰਾਜੋਵਾਲ ਆਪਣੀ ਜ਼ਿੰਦਗੀ ਤੁਹਾਡੇ ਲਈ ਲਾਉਣ ਜਾ ਰਿਹਾ ਤੇ ਤੁਹਾਡਾ ਵੀ ਕੋਈ ਫਰਜ਼ ਬਣਦਾ ਕੁਛ ਨਾ ਕੁਛ ਕਰਨ ਦਾ ਤਾਂ ਕਿ ਹਿੰਦੁਸਤਾਨ ਨੂੰ ਪਤਾ ਲੱਗ ਜਾਵੇ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਸੋਚ ਨੂੰ ਅੱਜ ਫਾਂਸੀ ਦੇਣ ਜਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਦੀ ਸੋਚ ਭਾਈ ਸਾਹਿਬ ਭਾਈ ਰਾਜੋਵਾਲ ਦੇ ਕਤਲ ਹੋ ਜਾਣ ਤੋਂ ਬਾਅਦ ਸ਼ਹੀਦ ਹੋ ਜਾਣ ਤੋਂ ਬਾਅਦ ਖਤਮ ਨਹੀਂ ਹੋਈ ਉਸ ਦੀ ਸੋਚ ਦੇ ਗੁਰੂ ਗੋਬਿੰਦ ਸਿੰਘ ਦੀ ਸੋਚ ਦੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਭਾਈ ਸਾਹਿਬ ਭਾਈ ਰਾਜੋਵਾਲ ਦੇ ਭਰਾ ਬਹੁਤ ਬੈਠੇ ਨੇ ਇਹ ਪਤਾ ਲੱਗ ਜਾਣਾ ਚਾਹੀਦਾ ਹੈ ਇਸ ਹਿੰਦੂ ਰਾਸ਼ਟਰ ਨੂੰ ਇਸ ਕਾਤਲ ਰਾਸ਼ਟਰ ਨੂੰ